हेलो गाइस वेलकम बैक ऑन माय YouTube चैनल माय नेम इज हरप्रीत सिंह एंड यू आर वाचिंग कॉमर्स एजुटेक टुडे वी आर गोइंग टू डिस्कस अ न्यू टॉपिक फ्रॉम प्लस 1 बिजनेस स्टडीज एंड द टॉपिक इज पार्टनरशिप डीड पार्टनरशिप बिजनेस ਨੂੰ ਅਸੀਂ ਆਲਰੇਡੀ ਪਹਿਲਾਂ ਡਿਸਕਸ ਕਰ ਚੁੱਕੇ ਆ ਪਾਰਟਨਰਸ਼ਿਪ बिजनेस ਕੀ ਹੁੰਦਾ ਇਸ ਦੇ ਫੀਚਰਸ ਕਿੰਨੀ ਤਰ੍ਹਾਂ ਦੇ ਪਾਰਟਨਰਸ ਹੁੰਦੇ ਆ ਮਾਈਨਰ ਦੀ ਕੀ ਪੋਜੀਸ਼ਨ ਹੁੰਦੀ ਆ ਅੱਜ ਜੇ ਅਸੀਂ ਉਸ بیس ਦੀ ਗੱਲ ਕਰਨ ਲੱਗੇ ਹਾਂ ਜਿਸ بیس ਦੇ ਉੱਪਰ ਪੂਰਾ ਪਾਰਟਨਰਸ਼ਿਪ ਬਿਜ਼ਨਸ ਜਿਹੜਾ ਹੈ ਉਹ ਉਸ ਦੀ ਫਾਊਂਡੇਸ਼ਨ ਉਸ ਦੀ ਨੀਵ ਰੱਖੀ ਗਈ ਹੈ that base is partnership deed ਕਿਉਂਕਿ ਪਾਰਟਨਰਸ਼ਿਪ ਬਿਜ਼ਨਸ ਨੂੰ ਅਸੀਂ ਜਦੋਂ ਐਕਸਪਲੇਨ ਕਰਦੇ ਹਾਂ ਤਾਂ ਬੋਲਦੇ ਹਾਂ ਪਾਰਟਨਰਸ਼ਿਪ ਇਸ ਅ ਕੰਟਰੈਕਚੁਅਲ ਰਿਲੇਸ਼ਨਸ਼ਿਪ ਬਿਟਵੀਨ ਦਾ ਪਾਰਟਨਰਸ ਤਉ ਕੰਟਰੈਕਚੁਅਲ ਰਿਲੇਸ਼ਨ ਜੋ ਹੁੰਦਾ ਹੈ ਉਸੇ ਨੂੰ ਅਸੀਂ ਪਾਰਟਨਰਸ਼ਿਪ ਡੀਡ ਦਾ ਨਾਮ ਦਿੰਦੇ ਹਾਂ ਠੀਕ ਹੈ ਜੀ ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ ਆਪਣਾ ਪਾਰਟਨਰਸ਼ਿਪ ਬਿਜ਼ਨਸ ਦੇਖੋ ਇਹਦੇ ਬਾਰੇ ਕੀ ਲਿਖਿਆ ਗਿਆ ਫਸਟ ਪਾਰਟਨਰਸ਼ਿਪ ਬਿਜ਼ਨਸ ਇਜ਼ ਬੇਸਡ ਔਨ ਐਨ ਐਗਰੀਮੈਂਟ ਹੁਣ ਇਹੀ ਕੰਟਰੈਕਟ ਐ ਐਗਰੀਮੈਂਟ ਕੈਨ ਬੀ ਔਰਲ ਐਂਡ ਰਿਟਰਨ ਦੋਨੋ ਹੋ ਸਕਦੇ ਆ ਦਿਸ ਐਗਰੀਮੈਂਟ ਇਜ਼ ਕਾਲਡ ਐਸ ਪਾਰਟਨਰਸ਼ਿਪ ਡੀਡ ਔਰ ਆਰਟੀਕਲਸ ਆਫ ਪਾਰਟਨਰਸ਼ਿਪ ਇਸ ਨੂੰ ਪਾਰਟਨਰਸ਼ਿਪ ਡੀਡ ਦਾ ਵੀ ਨਾਮ ਦਿੱਤਾ ਗਿਆ ਆਰਟੀਕਲਸ ਆਫ ਪਾਰਟਨਰਸ਼ਿਪ ਵੀ ਬੋਲਿਆ ਜਾਂਦਾ ਹੈ ਦੇਖੋ ਤੁਹਾਨੂੰ ਸ਼ਾਰਟ ਨੋਟ ਇੱਕ ਨੰਬਰ ਦੀ ਛੋਟਾ ਟਰਮ ਹੈ ਉਥੇ ਲਿਖਿਆ ਜਾ ਸਕਦਾ ਡਿਫਾਈਨ ਆਰਟੀਕਲਸ ਆਫ ਪਾਰਟਨਰਸ਼ਿਪ ਹੁਣ ਆਪਾਂ ਬੁੱਕ ਦੇ ਅੰਦਰ ਇੱਕੋ ਹੀ ਚੀਜ਼ ਸਿੱਖੀ ਹੁੰਦੀ ਹੈ ਕਿ ਪਾਰਟਨਰਸ਼ਿਪ ਡੀਡ ਕੀ ਹੈ ਆਰਟੀਕਲਸ ਨੂੰ ਅਸੀਂ ਧਿਆਨ ਨਾਲ ਦੇਖਦੇ ਨਹੀਂ ਕਿ ਡੀਡ ਦਾ ਹੀ ਦੂਜਾ ਨਾਮ ਆਰਟੀਕਲ ਹੈ ਤਾਂ ਉਥੇ ਤੁਸੀਂ ਕੁਝ ਨਹੀਂ ਲਿਖਣਾ ਹੈ ਹੀ ਲਿਖਣਾ ਕਿ ਇੱਕ ਐਗਰੀਮੈਂਟ ਜੋ 파ਟਰਨਰ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਉਸ ਨੂੰ ਆਰਟੀਕਲਸ ਆਫ ਪਾਰਟਨਰਸ਼ਿਪ ਜਾਂ ਪਾਰਟਨਰਸ਼ਿਪ ਡੀਡ ਬੋਲਦੇ ਆ ਦੈਟਸ ਇਟ ਇੱਕ ਨੰਬਰ ਹੈ ਆਪਣਾ ਜਾ 2 ਮਾਰਕਸ ਦੇ ਵਿੱਚ ਪਾ ਦਿੱਤਾ ਜਾਂਦਾ ਸੋ ਧਿਆਨ ਦੇ ਨਾਲ ਅਗਰ ਕਿਸੇ ਚੀਜ਼ ਦਾ ਕੋਈ ਸੈਕੰਡ ਨੇਮ ਸੁਜੈਸਟ ਕੀਤਾ ਜਾਂਦਾ ਤਾਂ ਉਸ ਨੂੰ ਅਸੀਂ ਧਿਆਨ ਨਾਲ ਦੇਖਣਾ 파ਟਨਰਸ਼ਿਪ ਡੀਡ ਕੰਟੇਨਿੰਗ 올 ਦਾ ਟਰਮਸ ਐਂਡ ਕੰਡੀਸ਼ਨਸ ਰਿਲੇਟਡ ਟੂ ਦਾ ਬਿਜ਼ਨਸ ਐਕਟੀਵਿਟੀਆਂ ਫੋਲੋਇੰਗ ਆਰ ਦਾ ਕੰਟੈਂਟਸ ਆਫ 파ਟਨਰਸ਼ਿਪ ਡੀਡ ਦੇਖੋ ਜਦੋਂ ਅਸੀਂ ਬਿਜ਼ਨਸ ਕਰਦੇ ਹਾਂ ਦੋ ਤਿੰਨ ਚਾਰ ਬੰਦੇ ਮਿਲ ਕੇ ਤਾਂ ਅਸੀਂ ਉਸ ਦੀਆਂ ਕੁਝ ਟਰਮਸ ਐਂਡ ਕੰਡੀਸ਼ਨਸ ਆਪਸ ਦੇ ਵਿੱਚ ਪਹਿਲਾਂ ਹੀ ਖੋਲ ਲੈਂਦੇ ਹਾਂ ਉਹ ਕੀ ਹੋਊਗਾ ਉਹੀ ਸਾਡੀ ਡੀਡ ਦੇ ਸਾਰੇ ਕੰਟੈਂਟ ਬਣ ਜਾਂਦੇ ਆ ਤਾਂ ਕੀ ਕੀ ਚੀਜ਼ਾਂ ਹੋਣਗੀਆਂ ਉਹ 1 ਬਾਈ 1 ਆਪਾਂ ਡਿਸਕਸ ਕਰਦੇ ਆਂ ਨੇਮ ਐਂਡ ਐਡਰੈਸ ਆਫ ਦਾ ਫਾਰਮ ਕਿ ਫਾਰਮ ਦਾ ਕੀ ਨਾਮ ਹੈ ਉਸ ਦਾ ਐਡਰੈਸ ਕੀ ਹੈ ਨੇਮ ਸ਼ੁੱਡ ਨਾਟ ਸਿਮਿਲਰ ਟੂ ਅਦਰਸ ਦੇਖੋ ਇਹ ਦੇ ਵਿੱਚ ਕੰਡੀਸ਼ਨ ਹੈ ਕਿ ਉਹਦਾ ਨਾਮ ਜਿਹੜਾ ਹੈ ਬਾਕੀ ਫਾਰਮਸ ਦੇ ਨਾਲ ਮਿਲਦਾ ਜੁਲਦਾ ਨਾ ਹੋਵੇ ਕਿਉਂਕਿ ਉਹਦੇ ਨਾਲ ਕਨਫਿਊਜ਼ਨ ਆਰਾਈਜ਼ ਹੋਊਗੀ ਠੀਕ ਹੈ ਜੀ ਗੁੱਡਵਿਲ ਕਿਸੇ ਹੋਰ ਦੀ ਹੈ ਤਾਂ ਤੁਹਾਡੇ ਨਾਮ ਚੜ ਸਕਦੀ ਹੈ ਕਿਸੇ ਹੋਰ ਦੀ ਜੋ ਲॉस ਹੈ ਉਹ ਤੁਹਾਡੇ ਨਾਮ ਚੜ ਸਕਦਾ ਕਿਸੇ ਹੋਰ ਦੀ ਰੈਪਿਊਟੇਸ਼ਨ ਅਗਰ ਖਰਾਬ ਹੋਈ ਹੈ ਕਿਸੇ ਪ੍ਰੋਡਕਟ ਕਰਕੇ ਤਾਂ ਉਹ ਤੁਹਾਡੇ ਨਾਮ ਲੱਗ ਸਕਦਾ ਉਸਤੇ ਜਾਂ ਕੁਝ ਇਸ ਤਰ੍ਹਾਂ ਦੇ ਨਾਮ ਹੈ ਜੋ ਬਾਇਲॉ ਅਸੀਂ ਨਹੀਂ ਰੱਖ ਸਕਦੇ ਲਾਈਕ ਮਹਾਤਮਾ ਗਾਂਧੀ ਇੰਡੀਅਨ ਫਲੈਗ ਦੇ ਉੱਪਰ ਅਸੀਂ ਕੋਈ ਨਾਮ ਜਿਹੜਾ ਹੈ ਉਹ ਨਹੀਂ ਰੱਖ ਸਕਦੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਜੋ ਕਿਸੇ ਧਰਮ ਦੇ ਨਾਲ ਰਿਲੇਟਡ ਨੇ ਜਿਸ ਨਾਲ ਲੋਕਾਂ ਦੀ ਆਸਥਾ ਨੂੰ ਅਸੀਂ ਠੇਸ ਪਹੁੰਚਾ ਸਕਦੇ ਹਾਂ ਉਹ ਨਾਮ ਵੀ ਅਸੀਂ ਨਹੀਂ ਰੱਖ ਸਕਦੇ ਠੀਕ ਹੈ ਜੀ ਨੈਕਸਟ ਕੰਟੈਂਟ ਇਸ ਤਾਂ ਆ ਜਾਂਦਾ ਨੇਮ ਐਂਡ ਐਡਰੈਸ ਆਫ ਦਾ ਪਾਰਟਨਰਸ ਉਹ ਪਾਰਟਨਰਸ ਕੌਣ ਕੌਣ ਨੇ ਉਹਨਾਂ ਦੇ ਨਾਮ ਉਹਨਾਂ ਦੇ ਐਡਰੈਸ ਇਸ ਲਿਖੇ ਜਾਣਗੇ ਡਿਊਰੇਸ਼ਨ ਆਫ ਪਾਰਟਨਰਸ਼ਿਪ ਫਰਮ ਕਿ ਤੁਸੀਂ ਜੋ ਪਾਰਟਨਰਸ਼ਿਪ ਫਰਮ ਬਣਾਈ ਆ ਉਸ ਦੀ ਡਿਊਰੇਸ਼ਨ ਕੀ ਆ ਅਗਰ ਅਸੀਂ ਜਰਨਲ ਬਣਾਈ ਹੈ ਦੈਨ ਉਸ ਦੀ ਕੋਈ ਡਿਊਰੇਸ਼ਨ ਨਹੀਂ ਹੋਏਗੀ ਉਹ ਜਦੋਂ ਤੱਕ ਅਸੀਂ ਚਾਹੀਏ ਉਸ ਨੂੰ ਚਲਾ ਸਕਦੇ ਹਾਂ ਅਗਰ ਅਸੀਂ ਪਰਟੀਕੂਲਰ ਟਾਈਮ ਦੇ ਲਈ ਜਾਂ ਪਰਟੀਕੂਲਰ ਕੰਮ ਦੇ ਲਈ ਇੱਕ ਫਰਮ ਤਿਆਰ ਕੀਤੀ ਆ ਤਾਂ ਉਸ ਨੂੰ ਅਸੀਂ ਐਡਵਾਂਸਟ ਲਿਖਣਾ ਨੈਕਸਟ ਹੈ ਨੇਚਰ ਐਂਡ ਸਕੋਪ ਆਫ ਬਿਜ਼ਨਸ ਕਿ ਤੁਹਾਡਾ ਬਿਜ਼ਨਸ ਕੀ ਹੋਏਗਾ ਉਸ ਦਾ ਕੀ ਨੇਚਰ ਹੈ ਤੁਸੀਂ ਅਲਟੀਮੇਟ ਕਿਸ ਚੀਜ਼ ਦਾ ਬਿਜ਼ਨਸ ਕਰਨ ਲੱਗੇ ਹੋ ਪਾਰਟਨਰਸ਼ਿਪ ਫਾਰਮ ਚ ਕੀ ਤੁਸੀਂ ਰੈਡੀਮੇਡ ਸਮਾਨ ਦਾ ਬਿਜ਼ਨਸ ਕਰਨਾ ਹੈ ਜਾਂ ਤੁਸੀਂ ਬਣਾ ਕੇ ਵੇਚੋਗੇ ਠੀਕ ਹੈ ਜਾਂ ਤੁਹਾਡੀ ਜਿਹੜੀ ਹੈ ਇੱਕ ਸਰਵਿਸ ਦੇਣ ਵਾਲੀ ਜੋ ਆਪਣੀ ਫਾਰਮ ਹੈ ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਕਰਨਾ ਹੈ ਉਹਦਾ ਨੇਚਰ ਕੀ ਹੋਏਗਾ ਐਡਵਾਂਸ ਚ ਲਿਖਣਾ ਪਏਗਾ ਕੈਪੀਟਲ ਕੰਟਰੀਬਿਊਟ ਕਿੰਨੀ ਕਿੰਨੀ ਕੀਤੀ ਹੈ ਪਾਰਟਨਰਸ ਨੇ ਉਹ ਐਡਵਾਂਸ ਚ ਲਿਖਣੀ ਹੈ ਆਪਾਂ ਨੇ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੋਏਗੀ ਆਬਵੀਅਸ ਜਿਹੜਾ ਵਾਸਤੇ ਲਿਖਣਾ ਪਏਗਾ ਕਿਉਂਕਿ ਜਿਨ੍ਹਾਂ ਚੀਜ਼ਾਂ ਦੇ ਉੱਪਰ ਰੋਲਾ ਪਏਗਾ ਉਹੀ ਸਾਡੀ ਸਾਰੀ ਡੀਡ ਦੇ ਅੰਦਰ ਆਊਗੀ ਔਰ ਪਬਲਿਕ ਨੂੰ ਇਸ ਤੋਂ ਜਾਣਕਾਰੀ ਮਿਲੇਗੀ ਕਿ ਫਰਮ ਦਾ ਕੀ ਨਾਮ ਹੈ ਫਰਮ ਦੇ ਵਿੱਚ 파ਟਰਨਰ ਕੌਣ ਕੌਣ ਹੈ ਫਰਮ ਤੁਸੀਂ ਕਿੰਨੇ ਟਾਈਮ ਲਈ ਬਣਾਈ ਹੈ ਔਰ ਨੇਚਰ ਤੁਹਾਡਾ ਕੀ ਹੈ ਸਮਾਨ ਤੁਸੀਂ ਕਿਸ ਤਰ੍ਹਾਂ ਦਾ ਰੱਖ ਰੱਖਦੇ ਹੋ ਕੈਪੀਟਲ ਕਿੰਨੀ ਕਿੰਨੀ ਲਗਾਈ ਹੈ ਤੁਹਾਡੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੋਏਗੀ ਕੀ ਆ ਫਰਮ ਕਮਿਸ਼ਨ ਲੈ ਸਕਦੇ ਆ ਸੈਲਰੀ ਲੈ ਸਕਦੇ ਆ ਬੋਨਸ ਲੈ ਸਕਦੇ ਆ ਅਗਰ ਤੁਸੀਂ ਸਟਾਰਟਿੰਗ 'ਚ ਇਹ ਨਹੀਂ ਲਿਖੀ ਤਾਂ 파ਟਨਰ ਨੂੰ ਕੁਝ ਵੀ ਨਹੀਂ ਮਿਲੇਗਾ ਨਾ ਸੈਲਰੀ ਨਾ ਕਮਿਸ਼ਨ ਨਾ ਬੋਨਸ ਕਿੰਨਾ ਮਰਜੀ ਕੰਮ ਕਰੀ ਜੋ ਕੁਝ ਨਹੀਂ ਮਿਲੇਗਾ ਸੋ ਅਗਰ 파ਟਨਰ ਚਾਹੁੰਦੇ ਆ ਕਿ ਉਹਨਾਂ ਨੇ ਸੈਲਰੀ ਲੈਣੀ ਆ ਬੋਨਸ ਲੈਣਾ ਕਮਿਸ਼ਨ ਲੈਣਾ ਤਾਂ ਉਹ ਕਿੰਨਾ ਕਿੰਨਾ ਲੈਣਾ ਹੈ ਉਹ ਵੀ ਇਹਦੇ ਅੰਦਰ ਪਹਿਲਾਂ ਲਿਖਣਾ ਪਏਗਾ ਲੋਨ ਟੂ 파ਟਨਰ ਕੀ ਫਾਰਮ 파ਟਨਰ ਨੂੰ ਲੋਨ ਦੇ ਸਕਦੀ ਹੈ ਜੇ ਦੇ ਸਕਦੀ ਹੈ ਤਾਂ ਯੈਸ ਲਿਖਾਂਗੇ ਅਸੀਂ ਅਗਰ ਉਹਦੀ ਕੋਈ ਲਿਮਟ ਰੱਖਣੀ ਆ ਤਾਂ ਅਸੀਂ ਸਟਾਰਟਿੰਗ 'ਚ ਉਹ ਵੀ ਲਿਮਟ ਰੱਖ ਸਕਦੇ ਆ ਲੋਨ ਬਾਇ 파ਟਨਰ ਅਗਰ ਇੱਕ ਪਾਰਟਨਰ ਫਰਮ ਨੂੰ ਲੋਨ ਦਿੰਦਾ ਤਾਂ ਉਹਦੇ ਉੱਪਰ ਉਹ ਕਿੰਨੇ ਪਰਸੈਂਟ ਇੰਟਰਸਟ ਲਊਗਾ ਫਰਮ ਤੋਂ ਤਾਂ ਉਹ ਵੀ ਐਡਵਾਂਸ ਦੇ ਵਿੱਚ ਡਿclare ਕਰਨਾ ਜ਼ਰੂਰੀ ਹੈ ਅਗਰ ਤੁਸੀਂ ਇਸ ਕਲੌਜ਼ ਨੂੰ ਡਿclare ਨਹੀਂ ਕਰਦੇ ਤਾਂ ਬਾਇ ਡਿਫਾਲਟ ਜਿਹੜਾ ਹੈ 6% ਪਰ ਐਨਮ ਇੰਟਰਸਟ ਉਸ ਨੂੰ ਮਿਲੇਗਾ ਮਾਰਕੀਟ ਦੇ ਵਿੱਚ ਚਾਹੇ 20% ਚੱਲਦਾ ਹੋਵੇ ਚਾਹੇ ਚੱਲਦਾ ਹੋਵੇ 15% ਉਸ ਨੂੰ ਕਿੰਨਾ ਮਿਲੇਗਾ 6% ਉਹ ਵੀ ਪਰ ਐਨਮ ਸੋ ਇਹ ਧਿਆਨ ਰੱਖਣਾ ਕਿ ਲੋਨ ਅਗਰ ਪਾਰਟਨਰ ਫਰਮ ਨੂੰ ਦਿੰਦਾ ਤਾਂ ਉਹਦੇ ਉੱਪਰ ਉਸਨੇ ਇੰਟਰਸਟ ਕਿੰਨਾ ਲੈਣਾ ਐਡਵਾਂਸ ਚ ਡਿਸਾਈਡ ਕਰਨਾ ਪਏਗਾ ਡਰਾਇੰਗਸ ਮੇਡ ਬਾਏ ਦਾ ਪਾਰਟਨਰ ਹੁਣ ਡਰਾਇੰਗਸ ਕੀ ਹੁੰਦੀ ਐ ਕੈਸ਼ ਔਰ ਵਰਥ ਮਤਲਬ ਕਿ ਕੈਸ਼ ਦੇ ਬਰਾਬਰ ਦੀ ਕੋਈ ਚੀਜ਼ ਅਗਰ ਪਾਰਟਨਰ ਫਰਮ ਚੋਂ ਵਿਡਰਾਅ ਕਰਦਾ ਫਾਰ ਹਿਸ ਪਰਸਨਲ ਯੂਜ਼ ਫੈਮਿਲੀ ਯੂਜ਼ ਤਾਂ ਉਸਨੂੰ اسی ਕੀ ਬੋਲਦੇ ਆ ਡਰਾਇੰਗਸ ਕੀ ਆ ਉਹ ਡਰਾਇੰਗ ਕਢਵਾ ਸਕਦਾ ਅਗਰ ਕਢਵਾ ਸਕਦਾ ਤਾਂ ਉਹ ਕਿੰਨੀ ਲਿਮਿਟ ਤੱਕ ਕਢਵਾ ਸਕਦਾ ਅਗਰ ਉਸਨੇ ਕਢਵਾਈ ਆ ਤਾਂ ਉਹਦੇ ਉੱਪਰ ਕਿ ਆ ਉਹ ਫਰਮ ਨੂੰ ਇੰਟਰਸਟ ਦੇਵੇਗਾ ਜੇ ਦੇਵੇਗਾ ਤਾਂ ਕਿੰਨੇ ਪਰਸੈਂਟ ਦੇਵੇਗਾ ਤਾਂ ਇਹ ਸਾਰੀ ਚੀਜ਼ ਸਾਨੂੰ ਅਡਵਾਂਸ ਦੇ ਵਿੱਚ ਡਿਸਾਈਡ ਕਰਨੀ ਪੈਂਦੀ ਆ ਠੀਕ ਹੈ ਜੀ ਡਰਾਇੰਗ ਮੇਡ ਬਾਏ ਦਾ ਪਾਰਟਨਰ ਇੰਟਰਸਟ ਔਨ ਡਰਾਇੰਗ ਤਾਂ ਦੋਨੋਂ ਚੀਜ਼ਾਂ ਜਿਹੜੀਆਂ ਅਡਵਾਂਸ ਚ ਸਾਨੂੰ ਡਿਸਾਈਡ ਕਰਨੀਆਂ ਪੈਣੀਆਂ ਨੈਕਸਟ ਹੈ ਇੰਟਰਸਟ ਔਨ ਕੈਪੀਟਲ ਕਿ ਜੋ ਪਾਰਟਨਰਸ ਨੇ ਕੈਪੀਟਲ ਫਰਮ ਦੇ ਵਿੱਚ ਲਗਾਈ ਆ ਉਹਦੇ ਉੱਪਰ ਉਹ ਫਰਮ ਤੋਂ ਕਿੰਨਾ ਪਰਸੈਂਟ ਇੰਟਰਸਟ ਲੈਣਗੇ ਦੇਖੋ ਡਰਾਇੰਗ ਦੇ ਉੱਪਰ ਇੰਟਰਸਟ ਤੇ ਕੈਪੀਟਲ ਤੇ ਇੰਟਰਸਟ ਇਹ ਤੁਸੀਂ ਆਪ ਹੀ ਡਿਸਾਈਡ ਕਰਨਾ ਹੁੰਦਾ ਜਦੋਂ ਅਸੀਂ ਇੱਕ ਪਾਰਟਨਰਸ਼ਿਪ ਬਿਜ਼ਨਸ ਦੇ ਵਿੱਚ ਆਉਂਦੇ ਆਂ ਅਗਰ ਅਸੀਂ ਇਹ ਦੋਨੋਂ ਟਰਮਸ ਨਹੀਂ ਰੱਖਦੇ ਤਾਂ ਨਾ ਤਾਂ ਡਰਾਇੰਗ ਦੇ ਉੱਪਰ ਕੋਈ ਇੰਟਰਸਟ ਲੱਗੇਗਾ ਮਤਲਬ 파ਟਰਨ ਫਰਮ ਨੂੰ ਕੋਈ ਇੰਟਰਸਟ ਨਹੀਂ ਪੇ ਕਰੂਗਾ ਔਰ ਨਾ ਹੀ ਕੈਪੀਟਲ ਤੇ ਇੰਟਰਸਟ 파ਟਰਨਰ ਨੂੰ ਕੁਝ ਮਿਲੇਗਾ ਕੁਝ ਨਹੀਂ ਮਿਲਦਾ ਅਗਰ ਐਡਵਾਂਸਡ ਡਿਸੀਜਨ ਨਾ ਲਏ ਗਏ ਤਾਂ ਨੈਕਸਟ ਹੈ ਡਿਸੀਜਨ ਰਿਗਾਰਡਿੰਗ ਆਡਿਟ ਆਫ ਬੁక్స్ ਆਫ ਅਕਾਊਂਟਸ ਕਿ ਇੱਕ ਚਾਰਟਰਡ ਅਕਾਊਂਟੈਂਟ ਤੋਂ ਅਸੀਂ ਕਿਤਾਬਾਂ ਨੂੰ ਆਡਿਟ ਕਰਾਉਣਾ ਹੁੰਦਾ ਆਡਿਟ ਮੀਨਸ ਅਸੀਂ ਉਹਨੂੰ ਚੈੱਕ ਕਰਾਉਣਾ ਹੁੰਦਾ ਤਾ ਉਹ ਆਡਿਟ ਜਿਹੜਾ ਹੈ ਕੌਣ ਚਾਰਟਰਡ ਅਕਾਊਂਟੈਂਟ ਕਰੂਗਾ ਉਹਦੀ ਸਿਲੈਕਸ਼ਨ ਦਾ ਮੋਡ ਕੀ ਹੋਊਗਾ ਕਿ ਆ ਇੱਕ ਵਾਰ ਰੱਖਾਂਗੇ ਉਹੀ ਸਾਡੇ ਨਾਲ ਚੱਲਦਾ ਰਹੂਗਾ ਜਾਂ ਅਸੀਂ ਉਸਨੂੰ ਮੈਨੂਅਲੀ ਚੇਂਜ ਕਰਨਾ ਸੋ ਇਹ ਚੀਜ਼ਾਂ ਅਸੀਂ ਐਡਵਾਂਸਡ ਡਿਸਾਈਡ ਕਰਾਂਗੇ ਕਿ ਸਾਡਾ ਸੀਏ ਕੌਣ ਹੈ ਸਾਡਾ ਚਾਰਟਰਡ ਅਕਾਊਂਟੈਂਟ ਕੌਣ ਹੋਏਗਾ ਰਾਈਟਸ ਡਿਊਟੀਆਂ ਐਂਡ ਲਾਇਬਿਲਿਟੀਆਂ ਆਫ ਦਾ ਪਾਰਟਨਰ ਕਿ ਹਰੇਕ ਪਾਰਟਨਰ ਦਾ ਰਾਈਟ ਕੀ ਆ ਫਰਮ ਦੇ ਅੰਦਰ ਉਸ ਦੀਆਂ ਡਿਊਟੀਆਂ ਕੀ-ਕੀ ਨੇ ਉਸ ਦੀਆਂ ਲਾਇਬਿਲਿਟੀਆਂ ਕੀ ਨੇ ਇਹ ਐਡਵਾਂਸਡ ਡਿਸੀਜਨ ਲਵਾਂਗੇ ਤਾਂ ਜੋ ਕਨਫਲਿਕਸ਼ਨਸ ਅਰਾਈਜ਼ ਨਾ ਹੋਣ ਕਨਫਿਊਜ਼ਨ ਅਰਾਈਜ਼ ਨਾ ਹੋਵੇ ਰੂਲਸ ਰਿਗਾਰਡਿੰਗ ਐਡਮਿਸ਼ਨ ਐਂਡ ਰਿਟਾਇਰਮੈਂਟ ਆਫ ਪਾਰਟਨਰ ਕਿ ਅਗਰ ਇੱਕ ਨਵਾਂ ਪਾਰਟਨਰ ਕਾਲੂ ਫਾਰਮ ਦੇ ਵਿੱਚ ਆਏਗਾ ਜਾਂ ਅਸੀਂ ਕਹੀਏ ਕਿ ਇੱਕ ਪਾਰਟਨਰ ਫਾਰਮ ਦੇ ਵਿੱਚੋਂ ਜਾ ਰਿਹਾ ਤਾਂ ਦੋਨੋਂ ਕੇਸਸ ਦੇ ਵਿੱਚ ਕਿਹੜੇ-ਕਿਹੜੇ ਰੂਲਸ ਜਿਹੜੇ ਆ ਉਹ ਐਪਲੀਕੇਬਲ ਕੀ ਹੋਣਗੇ ਉਹ ਵੀ ਐਡਵਾਂਸ ਦੇ ਵਿੱਚ ਦੇਖਿਆ ਜਾਏਗਾ settlement of accounts on death of partner ਕਿ ਅਗਰ ਇੱਕ 파ਟਨਰ ਦੀ ਡੈਥ ਹੋ ਜਾਂਦੀ ਆ ਤਾਂ ਉਦੋਂ ਅਸੀਂ ਆਪਣੇ ਅਕਾਊਂਟਸ ਕਿਵੇਂ ਸੈਟਲ ਕਰਨੇ ਆ ਇਹ ਵੀ ਸਾਨੂੰ ਅਡਵਾਂਸ ਚ ਡਿਸਾਈਡ ਕਰਨਾ ਪਊਗਾ ਮੈਥਡਸ ਆਫ ਵੈਲਿਊਏਸ਼ਨ ਆਫ ਗੁੱਡਵਿਲ ਦੇਖੋ ਗੁੱਡਵਿਲ ਹੁੰਦੀ ਆ ਫਰਮ ਦੀ ਰੈਪਿਊਟੇਸ਼ਨ ਔਰ ਰੈਪਿਊਟੇਸ਼ਨ ਨੂੰ ਸਾਨੂੰ ਇਨ ਟਰਮਸ ਆਫ ਮਨੀ ਮੈਜ਼ਰ ਕਰਨਾ ਪੈਂਦਾ ਉਹ ਮੈਜ਼ਰ ਕਰਨ ਦੀ ਦੇਖੋ ਜ਼ਰੂਰਤ ਕਿਉਂ ਪੈਂਦੀ ਆ ਆਪਾਂ ਇੱਕ ਛੋਟੀ ਜੀ ਐਗਜ਼ਾਮਪਲ ਲੈਨੇ ਆ ਆਪਾਂ ਫਰਾਂਚਾਈਜ਼ੀ ਲੈਣੀ ਹੋਵੇ ਮੈਕਡੋਨਲਡ ਤੋਂ ਹਨਾ ਮੈਕਡੋਨਲ ਜਦੋਂ ਸਾਨੂੰ ਫਰਾਂਚਾਈਜ਼ੀ ਦਿੰਦੇ ਆ ਤਾਂ ਉਹ 1 ਸਵਾ ਕਰੋੜ ਰੁਪਈਆ ਆਪਣੀ ਕੱਲੀ ਫਰਾਂਚਾਈਜ਼ੀ ਦਾ ਲੈਂਦੇ ਆ 1 ਸਵਾ ਕਰੋੜ ਰੁਪਈਆ ਕੱਲੀ ਫਰਾਂਚਾਈਜ਼ੀ ਦਾ ਲੈਂਦੇ ਉਹ ਫਰਾਂਚਾਈਜ਼ੀ ਦੇਖੋ ਸਾਨੂੰ ਦੇ ਕੇ ਕੁਝ ਨਹੀਂ ਜਾਣਗੇ ਰੈਸਪੀਜ਼ ਹੋਣਗੀਆਂ ਉਹਨਾਂ ਦੀਆਂ ਠੀਕ ਹੈ ਬਿਲਡਿੰਗ ਸਾਡੀ ਆਪਣੀ ਹੋਊਗੀ ਰੈਂਟਰ ਸੀ ਭਰਨਾ ਖਰਚਾ ਸੀ ਚੱਕਣਾ ਸਾਰਾ ਤਾਂ ਇਟ ਮੀਨਸ 1 ਕਰੋੜ ਦੇ ਹੁਣ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਕੜਛੇ ਪਤੀਲੇ ਇਹ ਚੀਜ਼ਾਂ ਥੋੜੀ ਦੇਖੇ ਜਾਣਗੇ ਉਹ ਹੈਨਾ ਖਰਚਾ ਸਾਰਾ ਸਾਡੇ ਹੀ ਹੋਏਗਾ ਉਹਨਾਂ ਨੇ ਕੀ ਦਿੱਤਾ ਸਾਨੂੰ ਉਹਨਾਂ ਨੇ ਆਪਣੀ ਗੁੱਡਵਿਲ ਦੀ ਵੈਲਿਊ 1 ਕਰੋੜ ਰੁਪਇਆ ਲਗਾਈਆ ਕਿ ਸਾਨੂੰ ਉਹਨਾਂ ਨੇ ਆਪਣਾ ਇੱਕ ਨਾਮ ਦਿੱਤਾ ਟੈਗ ਦਿੱਤਾ ਉਹਨਾਂ ਨੇ ਸਾਨੂੰ ਇਸ ਕਰਕੇ ਗੁੱਡਵਿਲ ਦੀ ਵੈਲਿਊ ਸਾਨੂੰ ਲਗਾਣੀ ਪੈਂਦੀ ਹੈ ਕਿ ਕੱਲ ਨੂੰ ਅਸੀਂ ਵੀ ਅਗਰ ਕਿਸੇ ਨੂੰ ਆਪਣੀ ਫਰੈਂਚਾਈਜ਼ੀ ਦੇਣੀ ਹੈ ਤਾਂ ਉਹਦੀ ਕੀ ਵੈਲਿਊ ਹੋਏਗੀ ਅਗਰ ਅਸੀਂ ਆਪਣਾ ਬਿਜ਼ਨਸ ਵੇਚਣਾ ਹੈ ਤਾਂ ਅਸੀਂ ਉਸ ਤੋਂ ਆਪਣੀ ਗੁੱਡਵਿਲ ਦੀ ਕਿੰਨੀ ਵੈਲਿਊ ਲੈਣੀਆਂ ਐਕਸੈਸ ਸਾਡੇ ਸਟਾਕ ਸਾਡੀ ਬਿਲਡਿੰਗ ਸਾਡੇ ਲੈਂਡ ਇਹਨਾਂ ਦੀ ਵੈਲਿਊ ਤੋਂ ਐਕਸੈਸ ਵੈਲਿਊ ਅਸੀਂ ਅਗਰ ਉਸ ਤੋਂ ਲੈਨੇ ਆ ਤਾਂ ਉਹ ਗੁੱਡਵਿਲ ਹੈ ਜਿਵੇਂ ਅਗਰ ਮੰਨ ਲਓ ਕਿ ਪਲਾਟ ਹੈ ਉਹ ਪਲਾਟ ਸ਼ਹਿਰ ਦੀ ਕਿਸੇ ਪ੍ਰਾਈਮ ਲੋਕੇਸ਼ਨ ਤੇ ਪਿਆ ਮੇਰੀ ਕੋਸਟ ਮੰਨ ਲਓ ਉਹਨੂੰ ਪਲਾਟ ਨੂੰ ਖਰੀਦਣ ਦੇ ਉੱਪਰ 20 ਲੱਖ ਰੁਪਏ ਆਏ ਸੀ ਕੋਈ ਪਰਸਨ ਖਰੀਦਣ ਆ ਗਿਆ ਤਾਂ ਮੈਂ ਉਸ ਨੂੰ ਬੋਲ ਰਿਹਾ ਕਿ ਮੈਂ ਤਾਂ 50 ਲੱਖ ਲੈਣਾ ਇਹਦਾ ਹੁਣ ਜਿਹੜਾ ਮੈਂ 30 ਲੱਖ ਉਹਦਾ ਐਕਸੈਸ ਡਿਮਾਂਡ ਕਰ ਰਿਹਾ ਉਹ ਕਿਸ ਚੀਜ਼ ਦਾ ਉਹਦੀ ਪ੍ਰਾਈਮ ਲੋਕੇਸ਼ਨ ਦਾ ਹੀ ਆ ਕਿ ਉਹਦੀ ਡਿਮਾਂਡ ਬਹੁਤ ਹੈ ਉਹ ਮੇਰੇ ਕੋਲ ਪਿਆ ਹੈ ਮੈਂ ਤਦ ਦਊਂਗਾ ਅਗਰ ਮੈਨੂੰ ਮੂਹ ਮੰਗੀ ਕੀਮਤ ਮਿਲੂਗੀ ਉਹ ਜਿਹੜੀ ਮੇਰੀ ਕੋਸਟ ਤੋਂ ਐਕਸੈਸ ਵੈਲਿਊ ਮੈਂ ਲੈ ਰਿਹਾ ਹਾਂ ਕਿਸ ਚੀਜ਼ ਦੀ ਆ ਉਹ ਉਹਦੀ ਗੁੱਡਵਿਲ ਹੈ ਉਹਦੀ ਰੈਪਿਊਟੇਸ਼ਨ ਹੈ ਕਿ ਉਹ ਪ੍ਰਾਈਮ ਲੋਕੇਸ਼ਨ ਤੇ ਆ ਠੀਕ ਹੈ ਇਸ ਕਰਕੇ ਸਾਨੂੰ ਉਹਦੀ ਵੈਲਿਊਏਸ਼ਨ ਜਿਹੜੀ ਹੈ ਕਰਨੀ ਪੈਂਦੀ ਆ ਔਰ ਅਸੀਂ ਕਿਹੜਾ ਮੈਥਡ ਉਦ ਲਈ ਚੂਜ਼ ਕਰਾਂਗੇ ਇਹ ਵੀ ਸਾਨੂੰ ਅਡਵਾਂਸ ਚ ਡਿਸਾਈਡ ਕਰਨਾ ਪੈਣਾ ਡੈਪ੍ਰੀਸੀਏਸ਼ਨ ਦਾ ਮਤਲਬ ਕੀ ਹੈ ਕਿ ਐਸੈਟਸ ਕਸਦੀਆਂ ਨੇ ਟੁੱਟਦੀਆਂ ਨੇ ਉਹ ਡਾਊਨਫਾਲ ਐਸਟ ਦੇ ਵਿੱਚ ਉਹਦੇ ਪ੍ਰਾਈਸ ਜਾਂਦੀ ਹੈ ਟਾਈਮ ਟੂ ਟਾਈਮ ਉਹ ਡਾਊਨਫਾਲ ਨੂੰ ਅਸੀਂ ਡੈਪ੍ਰੀਸੀਏਸ਼ਨ ਦਾ ਨਾਮ ਦਿੰਦੇ ਆ ਸੋ ਡੈਪ੍ਰੀਸੀਏਸ਼ਨ ਐਸਟਸ ਦੇ ਉੱਪਰ ਲੱਗੂਗੀ ਕਿਹੜੇ ਮੈਥਡ ਨਾਲ ਲੱਗੂਗੀ ਤਾਂ ਇਹ ਵੀ ਅਸੀਂ ਐਡਵਾਂਸ ਚ ਡਿਸਾਈਡ ਕਰਨਾ ਹੋਵੇਗਾ ਮੈਥਡਸ ਫਾਰ ਵੈਲਿਊਏਸ਼ਨ ਆਫ ਮਟੀਰੀਅਲ ਮਟੀਰੀਅਲ ਦੀ ਵੈਲਿਊਏਸ਼ਨ ਵੀ ਕਰਨੀ ਪੈਂਦੀ ਆ ਹੁਣ ਦੇਖੋ ਇਹ ਚੀਜ਼ਾਂ ਸਾਨੂੰ ਗ੍ਰੈਜੂਏਸ਼ਨ 'ਚ ਜਾ ਕੇ ਸਮਝ ਆਉਂਦੀਆਂ ਨੇ ਕਿ ਮਟੀਰੀਅਲ ਦੀ ਵੈਲਿਊਏਸ਼ਨ ਕਿਵੇਂ ਹੁੰਦੀ ਔਰ ਕਿਉਂ ਕਰਨੀ ਪੈਂਦੀ ਹੈ ਠੀਕ ਹੈ ਜੀ ਸੋ ਉਹ ਉਹਦੀ ਵੈਲਿਊਏਸ਼ਨ ਕਰਨੀ ਹੈ ਕਿਹੜਾ ਮੈਥਡ ਉਦੇ ਉੱਪਰ ਲੱਗੂਗਾ ਉਹ ਵੀ ਸਾਨੂੰ ਐਡਵਾਂਸਡ ਤੇ ਡਿਸਾਈਡ ਕਰਨਾ ਪਊਗਾ ਰੂਲਸ ਰਿਗਾਰਡਿੰਗ ਡਿਜ਼ੋਲੂਸ਼ਨ ਆਫ ਪਾਰਟਨਰਸ਼ਿਪ ਫਰਮ ਕਿਹੜੀ ਪਾਰਟਨਰਸ਼ਿਪ ਫਰਮ ਹੈ ਅਗਰ ਉਹ ਕੱਲ ਨੂੰ ਬੰਦ ਹੁੰਦੀ ਹੈ ਤਾਂ ਉਹਦੇ ਲਈ ਕੀ ਕੀ ਰੂਲਸ ਹੋਣਗੇ ਪੈਸਾ ਕਿਵੇਂ ਕਿਵੇਂ ਆਊਗਾ ਵੰਡਣਾ ਕਿਵੇਂ ਆ ਜਿਹੜਾ ਉਹਦੇ ਲਈ ਸਾਨੂੰ ਲਿਕুইਡੇਟਰ ਅਪਾਇੰਟ ਕਰਨਾ ਪਏਗਾ ਉਹ ਲਿਕুইਡੇਟਰ ਕੌਣ ਹੋਏਗਾ ਕਿ ਆ ਉਹ ਐਜ਼ ਅ ਪਾਰਟਨਰ ਹੀ ਅੰਦਰੋਂ ਕੋਈ ਨਾ ਕੋਈ ਬੰਦਾ ਅਪਾਇੰਟ ਕਰ ਦਿੱਤਾ ਜਾਊਗਾ ਜਾਂ ਸਾਨੂੰ ਕੋਰਟ ਦੇ ਵਿੱਚੋਂ ਕੋਈ ਨਾ ਕੋਈ ਲੈ ਕੇ ਆਣਾ ਪਊਗਾ ਜਾਂ ਕਿਸ ਤਰ੍ਹਾਂ ਹੋਊਗਾ ਤਾਂ ਉਹਦੇ ਲਈ ਵੀ ਰੂਲ ਸਾਨੂੰ ਜਿਹੜਾ ਹੈ ਐਡਵਾਂਸ ਚ ਡਿਸਾਈਡ ਕਰਨਾ ਪਏਗਾ ਉਸ ਤੋਂ ਬਾਅਦ ਹੈ ਰੂਲਸ ਫਾਰ ਵਾਇਲੇਸ਼ਨ ਆਫ ਪਾਰਟਨਰਸ਼ਿਪ ਰੂਲ ਅਗਰ ਅਸੀਂ ਪਾਰਟਨਰਸ਼ਿਪ ਦੇ ਰੂਲ ਜਿਹੜੇ ਉੱਪਰ ਡਿਸਾਈਡ ਕੀਤੇ ਆ ਅਗਰ ਇਹਨਾਂ ਦੀ ਵਾਇਲੇਸ਼ਨ ਹੁੰਦੀ ਆ ਤਾਂ ਉਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਪਨਿਸ਼ਮੈਂਟ ਜਾਂ ਉਹਦੇ ਲਈ ਕੋਈ ਫਰਦਰ ਪਾਲਿਸੀ ਜਿਹੜੀ ਹੈ ਉਹ ਵੀ ਸਾਨੂੰ ਅਡਵਾਂਸ ਚ ਰੱਖਣੀ ਪਏਗੀ ਆਰਬਿਟ੍ਰੇਸ਼ਨ ਕਲॉज ਉਹਨੇ ਲਾਸਟ ਆਰਬਿਟ੍ਰੇਸ਼ਨ ਕਲॉज ਦਾ ਕੀ ਮਤਲਬ ਹੋਇਆ ਕਿ ਅਗਰ ਪਾਰਟਨਰਸ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਹੈ ਨਾ ਸਾਰੀਆਂ ਉੱਪਰਲੇ ਕੰਟੈਂਟਸ ਤੋਂ ਬਾਅਦ ਵੀ ਅਗਰ ਉਹਨਾਂ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਤਾਂ ਉਸ ਝਗੜੇ ਨੂੰ ਨਿਪਟਾਉਣ ਦੇ ਲਈ ਕੌਣ ਆਏਗਾ ਕੀ ਉਹ ਸੀ ਬਾਹਰੋਂ ਕੋਈ ਪਰਸਨ ਅਪੁਆਇੰਟ ਕਰਾਂਗੇ ਜਾਂ ਸੀ ਅੰਦਰੋਂ ਹੀ ਦੇਖੋ ਜਿਵੇਂ ਇੱਕ ਪਿੰਡ ਦੇ ਵਿੱਚ ਕੋਈ ਪੰਚਾਇਤ ਚੁਣੀ ਜਾਂਦੀ ਹੈ ਹੈਨਾ ਉਹ ਪੰਚਾਇਤ ਸਾਰੇ ਫੈਸਲੇ ਲੈਂਦੀ ਆ ਤਾਂ ਉਥੇ ਵੀ ਇੱਕ ਆਰਬਿਟ੍ਰੇਸ਼ਨ ਕਲੋਜ਼ ਬਣਾਈ ਜਾਂਦੀ ਆ ਕਿ ਅਗਰ ਕਿਸੇ 'ਚ ਕੋਈ ਝਗੜਾ ਹੋਇਆ ਤਾਂ ਉਦੋਂ ਕੌਣ-ਕੌਣ ਜਾਊਗਾ ਫੈਸਲਾ ਕੌਣ ਕਰੂਗਾ ਠੀਕ ਆ ਨਾ ਸੋ ਇਹ ਚੀਜ਼ ਜਿਹੜੀ ਹੈਡਵਾਂਸ ਦੇ ਵਿੱਚ ਡਿਸਾਈਡ ਕਰਨੀ ਪੈਂਦੀ ਆ ਦੇਖੋ ਇਹਨਾਂ ਚੀਜ਼ਾਂ ਤੋਂ ਬਿਨਾ ਹੋਰ ਵੀ ਬਹੁਤ ਚੀਜ਼ਾਂ ਨੇ ਜਿਨੂੰਸੀਂ ਸੋਚ ਕੇ ਲਿਖ ਸਕਦੇ ਆਂ ਜੀ ਚੋ ਇੱਕ ਚੀਜ਼ ਇਹ ਆ ਜਾਂਦੀ ਆ ਕਿ ਜੋ ਚੈੱਕ ਹੋਏਗਾ ਮੰਨ ਲਓ 파ਟਨਰ ਦਾ 4 5 6 ਨੇ ਲੇਕਿਨ ਜੋ ਬੈਂਕ ਅਕਾਊਂਟ ਦਾ ਚੈੱਕ ਸਾਈਨ ਕਰੂਗਾ ਉਹ ਕੌਣ ਪਰਸਨ ਹੋਏਗਾ ਮਤਲਬ ਆਥਰਾਇਜ਼ਡ ਸਿਗਨੇਟਰੀ ਕੌਣ ਹੋਏਗਾ ਉਹ ਵੀ ਤੁਸੀਂ ਐਡਵਾਂਸ ਤੇ ਡਿਸਾਈਡ ਕਰਦੇ ਹੋ ਹੈਨਾ ਕਿਆ ਇੱਕ ਮਾਈਨਰ ਨੂੰ ਐਜ਼ ਅ ਪਾਰਟਨਰ ਲੈਣਾ ਹੈ ਨਹੀਂ ਲੈਣਾ ਤਾਂ ਇਹ ਵੀ ਤੁਸੀਂ ਐਡਵਾਂਸ ਤੇ ਡਿਸਾਈਡ ਕਰਦੇ ਹੋ ਕਹਿਣ ਦਾ ਮਤਲਬ ਕੀ ਹੈ ਕਿ ਹੌਲੀ ਹੌਲੀ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਤਾਂ ਪੁਆਇੰਟ ਆਪਣੇ ਆਪ ਬਣਨੇ ਸ਼ੁਰੂ ਹੋ ਜਾਂਦੇ ਆ ਕੰਟੈਂਟਸ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਬਹੁਤ ਬੇਸਿਕ ਹੈ ਜਸਟ ਇਹ ਸੋਚਣਾ ਹੈ ਕਿ ਤੁਸੀਂ ਦੋ ਪਰਸਨਸ ਫਰੈਂਡਸ ਹੋ ਬਰਦਰਸ ਹੋ ਸਿਸਟਰਸ ਹੋ ਦੋ ਪਰਸਨ ਨੇ ਮਿਲ ਕੇ ਇੱਕ ਬਿਜ਼ਨਸ ਸਟਾਰਟ ਕਰਨਾ ਹੈ ਤਾਂ ਤੁਸੀਂ ਕਿਹੜੀਆਂ ਕਿਹੜੀਆਂ ਟਰਮਸ ਐਂਡ ਕੰਡੀਸ਼ਨਸ ਐਡਵਾਂਸ ਦੇ ਵਿੱਚ ਡਿਸਾਈਡ ਕਰੋਗੇ ਤਾਂ ਜੋ ਇਨ ਫਿਊਚਰ ਤੁਹਾਡੇ ਵਿੱਚ ਕੋਈ ਕਨਫਲਿਕਸ਼ਨ ਕੋਈ ਝਗੜਾ ਕੋਈ ਮਤਭੇਦ ਪੈਦਾ ਹੀ ਨਾ ਹੋਣ ਠੀਕ ਹੈ ਸੋ ਸੋਚਾਂਗੇ ਤਾਂ ਬਹੁਤ ਕੁਝ ਨਿਕਲੇ ਆਊਗਾ ਪਾਰਟਨਰਸ਼ਿਪ ਡੀਡ ਇਜ਼ ਐਨ ਇੰਪੋਰਟੈਂਟ ਫਾਰ ਦਾ ਪਾਰਟਨਰਸ਼ਿਪ ਬਿਜ਼ਨਸ ਐਜ਼ ਅ ਕਨਸਟੀਟਿਊਸ਼ਨ ਫਾਰ ਦਾ ਕੰਟਰੀ ਜਿਵੇਂ ਕਿਸੇ ਕੰਟਰੀ ਦੇ ਲਈ ਸੰਵਿਧਾਨ ਦੀ ਜ਼ਰੂਰਤ ਹੁੰਦੀ ਆ ਕਨਸਟੀਟਿਊਸ਼ਨ ਦੀ ਲੋੜ ਪੈਂਦੀ ਆ ਉਸੇ ਤਰ੍ਹਾਂ ਪਾਰਟਨਰਸ਼ਿਪ ਡੀਡ ਜਿਹੜੀ ਹੈ ਉਹ ਪਾਰਟਨਰਸ਼ਿਪ ਫਾਰਮ ਦੇ ਲਈ ਇੰਪੋਰਟੈਂਸ ਰੱਖਦੀ ਆ ਸੋ ਪਾਰਟਨਰਸ਼ਿਪ ਡੀਡ ਇਜ਼ ਅ ਕਨਸਟੀਟਿਊਸ਼ਨ ਆਫ ਅ ਪਾਰਟਨਰਸ਼ਿਪ ਬਿਜ਼ਨਸ ਹੁਣ ਇਹ ਬਿਜ਼ਨਸ ਪਾਰਟਨਰਸ਼ਿਪ ਫਾਰਮ ਦਾ ਸੰਵਿਧਾਨ ਹੈ ਇਟ ਇਜ਼ ਇੰਪੋਰਟੈਂਟ ਫਾਰ ਸਮੂਥ ਰਨਿੰਗ ਆਫ ਬਿਜ਼ਨਸ ਕਿ ਬਿਜ਼ਨਸ ਸਹੀ ਤਰੀਕੇ ਨਾਲ ਚੱਲਦਾ ਰਹੇ ਕਾਲੂ ਕੋਈ ਕਨਫਲਿਕਸ਼ਨ ਕੋਈ ਝਗੜਾ ਅਰਾਈਜ਼ ਹੀ ਨਾ ਹੋਵੇ ਤਾਂ ਇਸ ਲਈ ਜਿਹੜੀ ਪਾਰਟਨਰਸ਼ਿਪ ਡੀਡ ਹੈ ਉਸ ਦੀ ਜ਼ਰੂਰਤ ਹੈ ਠੀਕ ਹੈ ਜੀ ਸੋ ਵਿਦਆਊਟ ਐਨੀ ਮਿਸ ਅੰਡਰਸਟੈਂਡਿੰਗ ਬੀਟਵੀਨ ਦਾ ਪਾਰਟਨਰਸ ਆ ਦਾ ਬਿਜ਼ਨਸ ਜਿਹੜਾ ਸਮੂਥਲੀ ਰਨ ਕਰਦਾ ਇਸ ਨਾਲ ਇਟ ਐਕਟਸ ਐਜ਼ ਅ ਗਾਈਡਲਾਈਨ ਫਾਰ ਦਾ ਵਰਕਿੰਗ ਆਫ ਪਾਰਟਨਰਸ਼ਿਪ ਫਾਰਮ ਕਿ ਪਾਰਟਨਰਸ਼ਿਪ ਫਾਰਮ ਜਿਹੜੀ ਹੈ ਕਿਵੇਂ ਕੰਮ ਕਰੂਗੀ ਉਹਦੇ ਲਈ ਇਹ ਇੱਕ ਗਾਈਡਲਾਈਨ ਦਾ ਕੰਮ ਕਰਦੀ ਹੈ ਇੱਕ ਦਿਸ਼ਾ ਦਾ ਵਰਕ ਕਰੇਗੀ ਰੂਲਸ ਐਪਲੀਕੇਬਲ ਇਨ ਦਾ ਐਬਸੈਂਸ ਆਫ ਪਾਰਟਨਰਸ਼ਿਪ ਡੀਡ ਅਗਰ ਅਸੀਂ ਪਾਰਟਨਰਸ਼ਿਪ ਡੀਡ ਨਹੀਂ ਬਣਾਈ ਤਾਂ ਕਿਹੜੇ ਕਿਹੜੇ ਰੂਲਸ ਐਪਲੀਕੇਬਲ ਹੋਣਗੇ ਬਹੁਤ ਇੰਪੋਰਟੈਂਟ ਹੈ ਜਦੋਂ ਅਸੀਂ ਪਲੱਸ 2 ਕਰਾਂਗੇ ਤਾਂ ਉਹਦੀ ਅਕਾਊਂਟਸ ਦੇ ਵਿੱਚ ਪੰਜ ਚੈਪਟਰ ਆਰਾਊਂਡ ਪਾਰਟਨਰਸ਼ਿਪ ਦੇ ਉੱਪਰ ਹੁੰਦੇ ਆ ਬਹੁਤ ਮੇਜਰ ਟਾਪਿਕ ਹੈ ਕਾਫੀ ਮਤਲਬ ਇਹ ਕਹਿ ਲੋ ਕਿ ਪੇਪਰ ਦਾ 50% ਪਾਰਟ ਇਹੀ ਕਵਰ ਕਰ ਲੈਂਦੀ ਹੈ ਕੱਲੀ ਪਾਰਟਨਰਸ਼ਿਪ ਤਾਂ ਉਥੇ ਇਹ ਬੜੇ ਇੰਪੋਰਟੈਂਟ ਰੱਖਦੀ ਹੈ ਇਹ ਜਿਹੜੀਆਂ ਅੱਜ ਆਪਾਂ ਹੁਣ ਡਿਸਕਸ ਕਰਨ ਲੱਗੇ ਕਿ ਕਿਹੜੇ ਕਿਹੜੇ ਰੂਲਸ ਐਪਲੀਕੇਬਲ ਹੋਣਗੇ ਅਗਰ ਅਸੀਂ 파ਟਨਰਸ਼ਿਪ ਡੀਡ ਨਹੀਂ ਬਣਾਉਂਦੇ ਤਾਂ no salary no bonus no commission will allow to partner ਕਿਸੇ 파ਟਨਰ ਨੂੰ ਕੋਈ ਸੈਲਰੀ ਕੋਈ ਬੋਨਸ ਕੋਈ ਕਮਿਸ਼ਨ ਨਹੀਂ ਮਿਲੇਗਾ ਇਰਿਸਪੈਕਟਿਵ ਕਿ ਉਸਨੇ ਕਿੰਨਾ ਪੈਸਾ ਲਗਾਇਆ ਇਰਿਸਪੈਕਟਿਵ ਕਿ ਉਸਨੇ ਕਿੰਨਾ ਕੰਮ ਕੀਤਾ ਅਗਰ ਤੁਸੀਂ ਐਡਵਾਂਸ ਚ ਡਿਸੀਜਨ ਨਹੀਂ ਲਿਆ ਤੁਹਾਨੂੰ ਕੁਝ ਨਹੀਂ ਮਿਲੇਗਾ no interest on capital shall allow to partner ਕਿਸੇ 파ਟਨਰ ਨੂੰ ਕੈਪੀਟਲ ਤੇ ਕੋਈ ਇੰਟਰਸਟ ਨਹੀਂ ਮਿਲੇਗਾ no interest on drawing will charge from partner agar partner ne kinni bhi drawing firm de vichon kadwai us nu ohde upar interest den di zarurat nahi hai oh to charge nahi kita jaauga profit sharing ratio will be equal profit sharing ratio equal hoegi chahe tusi kinna paisa lagaya chahe tusi kinna bhi kam kyun nahi kita all other rights and duties will be equal ਸਾਰੇ ਰਾਈਟਸ ਸਾਰੀਆਂ ਡਿਊਟੀਆਂ ਹਰੇਕ ਪਾਰਟਨਰ ਦੀਆਂ ਇਕੁਅਲ ਹੋਣਗੀਆਂ ਤੇ ਅਗਰ ਪਾਰਟਨਰ ਫਰਮ ਨੂੰ ਲੋਨ ਦਿੰਦਾ ਪਾਰਟਨਰ ਫਰਮ ਨੂੰ ਲੋਨ ਦਿੰਦਾ ਤਾਂ ਉਹਦੇ ਉੱਪਰ ਉਸ ਨੂੰ 6% ਪਰ ਐਨਮ ਦੇ ਅਕੋਰਡਿੰਗ ਇੰਟਰਸਟ ਮਿਲੇਗਾ ਮਾਰਕੀਟ ਰੇਟ ਜੋ ਮਰਜੀ ਹੋਵੇ ਇਰੈਸਪੈਕਟਿਵ ਉਸ ਤੋਂ ਵੱਧ ਡਿਮਾਂਡ ਨਹੀਂ ਕਰ ਸਕਦਾ ਫਰਮ ਉਹਨੂੰ ਸਿਰਫ 6% ਇੰਟਰਸਟ ਦੇਗੀ ਉਹ ਵੀ ਐਨੂਅਲ ਠੀਕ ਹੈ ਜੀ ਸੋ ਇਹ ਆਪਣਾ ਟੌਪਿਕ ਸੀ ਕਿ ਪਾਰਟਨਰਸ਼ਿਪ ਫਾਰਮ ਉਹਦੇ ਅੰਦਰ ਪਾਰਟਨਰਸ਼ਿਪ ਡੀਡ ਕੀ ਹੁੰਦੀ ਆ ਉਹਦੇ ਕੰਟੈਂਟਸ ਕਿਹੜੇ-ਕਿਹੜੇ ਆ ਔਰ ਅਗਰ ਪਾਰਟਨਰਸ਼ਿਪ ਡੀਡ ਨਹੀਂ ਬਣਾਈ ਜਾਂਦੀ ਤਾਂ ਸਾਨੂੰ ਕਿਹੜੇ-ਕਿਹੜੇ ਰੂਲਸ ਅਪਲਾਈ ਕਰਨੇ ਹੋਣਗੇ ਸੋ ਇਹ ਆਪਣਾ ਟੌਪਿਕ ਸੀ ਅੱਜ ਦਾ ਹੋਪਫੁਲੀ ਕਿ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਊਗਾ ਥੈਂਕਸ ਫॉर ਵਾਚਿੰਗ ਦਾ ਵੀਡੀਓ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਦਾ ਚੈਨਲ ਫॉर ਦਾ ਨੈਕਸਟ ਅਪਡੇਟ ਥੈਂਕ ਯੂ